ਵੀ ਮੁਰਗੇ ਤੇ ਖਰਗੋਸ਼ਾਂ ਦੀ ਲੜਾਈ ਚੱਲ ਪਈ ਪੂਰੀ। ਇਹ ਉਹ ਪੈ ਗਈ ਕਾਲੀ ਜੀ ਮੁਰਗੀ ਮਗਰ। ਖਰਗੋਸ਼ ਇਹ ਦੋਨੇ ਜ਼ਿਆਦਾ ਪੰਗਾ ਲੈਂਦੇ ਨੇ, ਹੁਣ ਪੂਰੇ ਟਾਕਰੇ ਹੋਣ ਵਾਲੇ ਨੇ ਇਹਨਾਂ ਦੇ। ਇੱਧਰ ਨੂੰ ਭੱਜ ਲੈ ਇੱਕ ਵਾਰੀ ਤਾਂ, ਪਰ ਆ ਤੜਕੇ ਬਹੁਤ ਲੜੇ ਨੇ, 4-5 ਮਿੰਟ ਲੜੀ ਗਏ ਬਹੁਤ। ਆਇਆ 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 ਆਇਆ। ਪਾਣੀ ਪੂਣੀ ਚੇਂਜ ਕਰ ਦਈਏ ਯਾਰ, ਇਹਨਾਂ ਦਾ ਪਾਣੀ ਪੂਣੀ ਖਰਾਬ ਹੋਇਆ ਪਿਆ ਚਿੜੀਆਂ ਦਾ। ਚੱਲ ਮੜਾ ਕੋਲੋਂ ਕਰਕੇ ਦਿਖਾ ਦੇ ਚਿੜੀਆਂ, ਖੋਲ ਦੇ ਇਹਨੂੰ ਤਾਂ ਢੱਕਣ ਨੂੰ। ਦੇਖੋ ਬਈ ਆਹ ਨੇ ਆਪਣੀਆਂ ਜੈਵਰਾ ਫਿੰਚਿਫ ਤੇ ਵਾਈਟ ਫਿੰਚਿਫ। ਇਹਨਾਂ ਨੇ ਪਹਿਲਾਂ ਵੀ 3 ਆਂਡੇ ਧਰੇ ਸੀਗੇ, ਉਹ ਖਰਾਬ ਖਰੂਬ ਜੇ ਹੋ ਗਏ ਯਾਰ, ਕੁੱਜੀ 'ਚ ਨਹੀਂ ਧਰੇ। ਹੁਣ ਇਹਨਾਂ ਨੇ ਦੁਬਾਰੇ ਆਂਡੇ ਤਾਂ ਰੱਖੇ ਨੇ 3, ਤੇ ਉਹ ਵੀ ਇੱਥੇ ਪਏ ਹੋਣੇ ਆਂਡੇ, ਮਿਲਾਂ ਦਾ ਆਹ ਪਏ ਨੇ, ਇਹ ਆਹ ਪਏ, ਇੱਕ ਆਂਡਾ ਆਹ ਪਿਆ, ਇੱਕ ਉਹ ਪਿਆ, ਛੋਟੇ ਛੋਟੇ ਆਂਡੇ ਧਰੇ ਨੇ, ਅਤੇ ਤੀਜਾ ਉਹ ਪਿਆ। ਇਹ ਵੀ ਇਹਨਾਂ ਨੇ ਕੁੱਜੀ 'ਚ ਨਹੀਂ ਧਰੇ। ਆਪਾਂ ਇਹਨਾਂ ਦਾ ਪਿੰਜਰਾ ਬਦਲਾਂਗੇ ਥੋੜ੍ਹੇ ਦਿਨਾਂ ਤੱਕ, ਅਤੇ ਉਸ ਤੋਂ ਬਾਅਦ ਫਿਰ ਆਪਾਂ ਬੱਚੇ ਕਢਾਵਾਂਗੇ ਇਹਨਾਂ ਤੋਂ। ਅਤੇ ਇਹਨਾਂ ਦਾ ਫੁੱਲ ਸਾਈਜ਼ ਹੀ ਇਹ ਐਡੀਆਂ ਐਡੀਆਂ ਕੀ ਰਹਿੰਦੀਆਂ ਨੇ, ਵਾਲੀਆਂ ਨਹੀਂ ਵੱਡੀਆਂ ਹੁੰਦੀਆਂ। ਚਲੋ ਆਪਾਂ ਦਾਣੇ ਵੀ ਚੇਂਜ ਕਰ ਦਈਏ ਇਹਨਾਂ ਨੇ, ਦਾਣੇ ਦੂਣੇ ਜੇ ਖਾ ਕੇ ਛਿੱਲ ਕੇ, ਆ ਛਿਲਕਾ ਜਿਹਾ ਛੱਡ ਰੱਖਿਆ ਇਕੱਲਾ, ਅਤੇ ਆਪਾਂ ਇਹਨੂੰ ਆਪ ਹੀ ਉਹ ਕਰ ਦਿੰਦੇ ਹਾਂ। ਦਾਣੇ ਆਪਾਂ ਇਹਨਾਂ ਦੇ ਬਦਲਤੇ, ਅਤੇ ਚਲੋ ਆਪਾਂ ਦਾਣੇ ਵੀ ਰੱਖ ਦਿੰਦੇ ਹਾਂ। ਦਾਣਾ ਪਾਣੀ ਦੋਨੇ ਚੀਜ਼ਾਂ ਚੇਂਜ ਹੋ ਗਈਆਂ। ਚਲੋ ਹੁਣ ਆਪਾਂ ਤੋਤਿਆਂ ਦਾ ਵੀ ਦੇਖ ਲੈਂਦੇ ਹਾਂ, ਤੋਤਿਆਂ ਦਾ ਦਾਣਾ ਪਾਣੀ ਬਦਲਣ ਵਾਲਾ ਹੈਗਾ ਕਿ ਨਹੀਂ, ਨਾਲੇ ਤੁਹਾਨੂੰ ਦਿਖਾਉਂਦੇ ਹਾਂ ਅੰਦਰ ਆਂਡੇ ਕਿੰਨੇ ਕਿੰਨੇ ਧਰੇ ਨੇ। ਚਲੋ ਆਏ ਆਪਾਂ ਅੰਦਰ ਚੱਲਦੇ ਹਾਂ। ਪਾਣੀ ਆਪਾਂ ਇੱਕ ਵਾਰੀ ਬਾਹਰ ਰੱਖ ਦਿੰਦੇ ਹਾਂ ਯਾਰ, ਬੱਚਾ ਅੰਦਰ ਡੁੱਲ ਜੂਗਾ, ਹੁਣ ਮੈਂ ਅੰਦਰ ਵੜੂੰਗਾ। ਹੁਣ ਦੇਖਦੇ ਹਾਂ ਬਈ ਆਪਾਂ ਕਿੰਨੇ ਕਿੰਨੇ ਆਂਡੇ ਧਰੇ ਆ, ਕਿੰਨੇ ਕਿੰਨੇ ਨਹੀਂ ਧਰੇ। ਸਭ ਤੋਂ ਪਹਿਲਾਂ ਤਾਂ ਆਪਾਂ ਆਹ ਕੁੱਜੀ ਚੈੱਕ ਕਰਦੇ ਹਾਂ, ਨਾਲੇ ਟੇਢੀ ਜਿਹੀ ਹੋ ਰਹੀ ਹੈ ਇਹਨੂੰ ਸਿੱਧੀ ਕਰ ਦਿੰਦੇ ਹਾਂ ਆਪਾਂ। ਇਹਦੇ ਅੰਦਰ ਤੋਤੀ ਵਿੱਚੀ ਬੈਠੀ ਆ, ਦੇਖੀਏ ਨੇ ਕਿੰਨੇ ਆਂਡੇ ਧਰੇ ਨੇ। ਦੇਖੋ ਬਈ 3 ਤੇ 2 5 5 ਆਂਡੇ ਤਾਂ ਰੱਖੇ ਨੇ ਤੋਤੀ ਨੇ ਪੂਰੇ। ਅਤੇ ਹੁਣ ਦੂਜੀ ਕੁੱਜੀ ਦੇਖਦੇ ਹਾਂ ਆਪਾਂ, ਦੂਜੀ ਕੁੱਜੀ ਦੇ ਅੰਦਰ ਕਰਕੇ ਦਿਖਾਉਣਾ ਤੁਹਾਨੂੰ ਇੱਥੇ ਧਰਿਆ ਕਿ ਨਹੀਂ ਕਿਸੇ ਨੇ। ਨਹੀਂ ਬਈ ਆਹ ਖਾਲੀ ਆ, ਆਹ ਬਿਲਕੁਲ ਖਾਲੀ ਆ, ਇਹ 'ਚ ਕੁਛ ਨਹੀਂ ਦਿਖ ਰਿਹਾ। ਅਤੇ ਕ ਇਹਦੇ ਅੰਦਰ ਤੋਤੀ ਬੈਠੀ ਹੈਗੀ, ਇੱਥੇ ਦੇਖਦੇ ਨੇ ਆਂਡੇ ਧਰਿਆ ਕਿ ਨਹੀਂ, ਇਹਦਾ ਨਹੀਂ ਪਤਾ, ਇਹ ਆਪਾਂ ਹੁਣੀ ਚੈੱਕ ਕਰ ਲੈਂਦੇ ਹਾਂ। ਇਹ 2 ਬੈਠੇ ਆ, ਹਾਂ ਬਈ ਇਹਨਾਂ ਨੇ ਵੀ ਧਰ ਲਿਆ, ਆਹ ਦੇਖੋ ਇੱਕ ਆਂਡਾ ਧਰ ਕੇ ਇੱਥੇ। ਚਲੋ ਜੀ ਹੁਣ ਇਹਨਾਂ ਦੀ ਵਧੀਆ ਬਰੀਡਿੰਗ ਸਟਾਰਟ ਹੋ ਗਈ, ਹੁਣ ਤਾਂ ਦਿਨਾਂ 'ਚ ਬੱਚੇ ਬੱਚੇ ਕਰ ਦੇਣਗੇ। ਅਤੇ ਆਹ ਕੁੱਜੀ ਆਹ ਖਾਲੀ ਪਈ ਆ, ਅਤੇ ਇੱਧਰਲੀ ਵੀ ਖਾਲੀ ਆ, ਇਹ 'ਚ ਇੱਕ ਆਂਡਾ, ਅਤੇ ਇਹ 'ਚ ਹੋ ਗਏ 5 ਆਂਡੇ। ਖਰਗੋਸ਼ ਤਾਂ ਯਾਰ ਬਾਹਰ ਹੀ ਰਹਿੰਦੇ ਨੇ ਹੁਣ, ਰੋਜ਼ ਨਾ ਆਏ ਰਾਤ ਨੂੰ ਅੰਦਰ ਜਾਣ, ਬੁਰਾ ਹਾਲ ਇਹਨਾਂ ਦਾ, ਬਸ ਹੱਥ 'ਚ ਹੀ ਨਹੀਂ ਆਉਂਦੇ। ਅਤੇ ਮੁਰਗੀਆਂ ਇਹਨਾਂ ਦਾ ਕੰਮ ਹੀ ਇੱਕ ਵਾਰ ਨੀਰਾ ਖਰਾਬ ਕਰਨਾ। ਚਲੋ ਉੱਧਰ ਤੁਸੀਂ ਭਾਜੋ, ਚਲੋ ਲੋ ਵੀ ਆਪਣੇ ਕਬੂਤਰ ਬਾਹਰ ਆ ਜਾਣਗੇ। ਚਲ ਇੱਧਰ ਆ ਜਾ, ਅਤੇ ਆ ਬੱਚਾ ਦੇਖ ਲੈਂਦੇ ਠੀਕ ਠਾਕ ਆ। ਹਾਂ ਇਹਨੇ ਬੱਚਾ ਸਹੀ ਆ, ਰੱਜਿਆ ਬੈਠਾ ਹੈਗਾ, ਅਤੇ ਓਕੇ ਜਮਾ ਆਪ ਹੀ ਬਾਹਰ ਆ ਜਾਣਗੇ। ਚਲ ਹੁਣ ਛੱਡਦੇ, ਦਾਣਾ ਪਾਣੀ ਖਾ ਲੈਣਗੇ। ਆ ਬਈ ਆਪਾਂ ਨੂੰ ਘੁੱਗੀ ਮਿਲੀ ਹੈਗੀ ਰੈਸਕਿਊ, ਆਪਣੇ ਇੱਧਰ ਗਲੀ ਦੇ ਮੋੜ 'ਤੇ ਆਪਾਂ ਰੈਸਕਿਊ ਕਰੀ ਜਾਂਦੇ ਹਾਂ। ਜੰਗਲੀ ਘੁੱਗੀ ਹੈ ਇਹ, ਅਤੇ ਵਿਚਾਰੀ ਇਹ ਤਾਂ ਉੱਡਿਆ ਨਹੀਂ ਆਉਂਦਾ ਸੀਗਾ ਯਾਰ, ਹੈ ਨਾ, ਇੱਥੇ ਬੈਠੀ ਸੀ ਖੰਭੇ ਕੋਲੇ, ਅਤੇ ਪਹਿਲਾਂ ਤਾਂ ਸਾਨੂੰ ਲੱਗਿਆ ਕਿਤੇ ਵੀ ਵੈਸੀ ਬੈਠੀ ਆ, ਉੱਡ ਜੂਗੀ, ਪਰ ਇਹ ਤਾਂ ਉੱਡਿਆ ਨਹੀਂ ਜਾ ਰਿਹਾ। ਕੱਲ੍ਹ ਨੂੰ ਦੇਖਾਂਗੇ ਫਿਰ ਇਹਦਾ ਕੀ ਮਸਲਾ, ਕਿਆ ਤੋਂ ਨਹੀਂ ਉੱਡਿਆ ਜਾ ਰਿਹਾ ਤੋਂ। ਅਤੇ ਫਿਲਹਾਲ ਆਪਾਂ ਆਹ ਡੱਬੇ 'ਚ ਮੂਹਰੀਆਂ ਕਰੀ ਜਾਂਦੇ ਸੀਗੇ ਅਸੀਂ, ਅਤੇ ਇਹਦੇ 'ਚ ਪਾ ਕੇ ਇਹਨੂੰ ਘਰ ਲੈ ਕੇ ਚੱਲਦੇ ਹਾਂ, ਅਤੇ ਆਪਾਂ ਇਹਨੂੰ ਆਪਣੇ ਪੰਛੀਆਂ ਕੋਲੇ ਛੱਡਾਂਗੇ, ਅਤੇ ਫਿਰ ਤੜਕੇ ਦੇਖਾਂਗੇ ਇਹਦੀ ਕੀ ਸਮੱਸਿਆ, ਕਿਉਂ ਨਹੀਂ ਉੱਡ ਸਕਦੀ ਇਹ। ਘੁੱਗੀ ਨੂੰ ਆਪਾਂ ਰੱਖ ਲਿਆ ਆਪਣੀ ਗੱਡੀ 'ਚ, ਅਤੇ ਚਲੋ ਆਪਾਂ ਇਹਨੂੰ ਘਰ ਲੈ ਕੇ ਚੱਲਦੇ ਹਾਂ ਹੁਣ, ਆਜੋ ਫਿਰ ਮਿਲਦੇ ਹਾਂ। ਹਾਂਜੀ ਤਾਂ ਆਪਾਂ ਹੈ ਨਾ ਘੁੱਗੀ ਨੂੰ ਇੱਥੇ ਛੱਡਤਾ ਭਾਅ ਜੀ, ਤੁਹਾਡੇ ਨਹੀਂ ਜਾ ਰਿਹਾ ਸੀ, ਇਹਨੂੰ ਆਪਾਂ ਆਹ ਕਮਰਾ ਦੇ ਤਾ ਇਹਦੇ ਸਾਈਜ਼ ਦਾ ਇੱਕ, ਅਤੇ ਇੱਥੇ ਇਹ ਰਾਤ ਨੂੰ ਵਧੀਆ ਕੰਫਰਟੇਬਲ ਰਹੂਗੀ। ਅਤੇ ਉਸ ਤੋਂ ਬਾਅਦ ਇਹਨੂੰ ਫਿਰ ਚੈੱਕ ਕਰਾਂਗੇ ਆਪਾਂ, ਇਹ ਉੱਡਿਆ ਕਿਉਂ ਨਹੀਂ ਜਾ ਰਿਹਾ। ਜੇ ਫਿਰ ਉੱਡ ਗਈ ਤਾਂ ਬਹੁਤ ਚੰਗੀ ਗੱਲ ਆ, ਨਹੀਂ ਜੋ ਤੱਕ ਇਹ ਉੱਡ ਨਹੀਂ ਸਕਦੀ ਆਪਾਂ ਉਦੋਂ ਤੱਕ ਇਹਦਾ ਇਲਾਜ ਕਰਾਂਗੇ, ਅਤੇ ਇਹਦਾ ਇਲਾਜ ਕਰਕੇ ਉਦੋਂ ਬਾਅਦ ਇਹਨੂੰ ਉਡਾ ਦਾਂਗੇ। ਉਸ ਤੋਂ ਬਾਅਦ ਇਹਨੂੰ ਥੋੜ੍ਹਾ ਜਿਹਾ ਟਾਈਮ ਲੱਗੂਗਾ। ਗੋਲਾ ਕਬੂਤਰ ਆ ਜਿਹਦਾ ਆਪਾਂ ਉੱਤੇ ਰੈਸਕਿਊ ਕੀਤਾ ਸੀਗਾ, ਇਹ ਤੁਹਾਨੂੰ ਮੈਂ ਚੰਗੀ ਤਰ੍ਹਾਂ ਦਿਖਾ ਦਾਂ। ਆਹ
आ गोला कबूतरा एदा आपां 4 दिन पहला रेस्क्यू किया हीगा एदे ते बिल्ली ने अटैक किया होया सीगा एदा पोटा पाड़ता सी उहने एदे दाणे नहीं पच रहे सी पोटे च हुण आपां इहदे पोटे दा इलाज करता इहदे दाणे पचण लग गए बस एक मोढे दा इलाज रह गया जिद्दे इहदे मोढे दा इलाज हो गया इह वी डारी मार लग जू तां वाहिगुरू मेहर करे घुग्गी नूं ते कबूतर नूं दोनां नूं उड़दा करके आपां डा देणा इहनां नूं आसमान च लैणगे नज़ारे इह बाकी तो अपने आप पालतू हैगी ने तो उड जाते ने आ जाते ने यह तो इन्हों की मर्जी है है ना चल इन्हू भी छड़ दे लक्के कबूतर उन्हों की ब्रीड होर होंगी है ये होर ने चलो ठीक है है ना मिलते थोनू फिर दिखाने गे डब का की हाल चाल आ किवें ने दोनों का दिखावे गोले कबूतर का भी जिदा तो डब का भी घुग्गी का।